सत श्री अकाल जी सारिआं नूं, वेलकम जी तुहाडा इस चैनल ते। अज असीं जा रहे हां जी शॉपिंग मॉल। शॉपिंग मॉल जाण असीं सारे ते नहीं चले, मैं, भाभी जी, मम्मी रेडी ने। मम्मी पहुँच गए घर दे लागे, ते भाभी जी, हेलो जी, सत श्री अकाल जी। सत श्री अकाल जी। ते असीं सारे जणे चले हां जी हुण बाजार। थोड़ी देर बाद चले हां शॉपिंग मॉल च, घूम फिर के फिर आने हां, फिर तुहानूं नाल नाल दिखाने हां। अज वैदर बहुत सोहणा आ, क्यों भाभी जी? हां जी, बहुत ही सोहणा। अज मैं जैकेट भी नहीं पाई, ऐसा ही आ गई हां। अज असीं वैदर एंजॉय करने वास्ते बाहर जा रहे हैं वैसे, है ना। हुण तां साडा कोई मेन पर्पस नहीं है, कोई शॉपिंग करनी नहीं असीं, पर फिर भी असीं घूमण फिरने चले आ, बस बाहर दा आनंद लैण चले आ। धुप दा, धुप बहुत तेज है भाभी जी, कहिंदे आ बैठ के आपां बोर ही होणा, ते अज आपां चलदे आ। सारा कुछ बस ऑटोमेटिकली, जिहड़ा इक गियर ते पहले गियर ते तुसीं चला लैंदे हो, ऑटोमेटिक आ, बस इक्को ही गियर, ਇੱਕੋ ਹੀ ਗੇਅਰ ਪਾਉਂਦੇ, ਤੇ ਬਾਕੀ ਆਪਣੇ ਆਪ ਹੀ ਗੇਅਰ ਚੁੱਕਿਆ ਜਾਂਦਾ, ਹਨਾ। ਹਾਂਜੀ, ਆਪਣੇ ਆਪ ਹੀ ਉਹ ਗੇਅਰ ਲੈ ਲੈਂਦੇ ਜਿਹੜਾ ਲੈਣਾ ਉਹਨੇ। ਹਾਂਜੀ ਹਾਂਜੀ, ਤੁਸੀਂ ਖਾਲੀ ਡਰਾਈਵ 'ਚ ਪਾਉਣਾ ਜਾਂ ਪਿੱਛੇ ਜਾਣਾ, ਰਿਵਰਸ 'ਚ ਪਾਓ। ਅੱਛਾ ਜੀ, ਬਸ ਹੋਰ ਕਿਤੇ ਨਹੀਂ। ਹਾਂਜੀ, ਤੇ ਬਸ ਤੁਸੀਂ ਹੁਣ ਈਜ਼ੀਲੀ ਤੁਸੀਂ ਇਹਨੂੰ ਚਲਾ ਲੈਣਾ ਹੈ। ਹਾਂਜੀ ਹਾਂਜੀ, ਬਿਲਕੁਲ। ਤੇ ਹੁਣ ਇਹਨਾਂ ਨੇ ਪਹਿਲਾ ਗੇਅਰ ਹੀ ਪਾਉਣਾ ਆ, ਹੁਣ ਤੁਸੀਂ ਗੇਅਰ ਪਾਓਗੇ ਤੇ ਫਿਰ ਮੈਂ ਦੱਸੂਗੀ ਉਹਨਾਂ ਨੂੰ। ਸਭ ਤੋਂ ਪਹਿਲਾਂ ਸੀਟ ਬੈਲਟ ਲਾਉਣੀ ਪੈਂਦੀ ਹੈ, ਜੇ ਨਹੀਂ ਤਾਂ ਇਹਨੇ ਚੂ ਚੂ ਕਰਦੀ ਰਹਿਣਾ, ਕਿਉਂਕਿ ਮੈਂ ਨਹੀਂ ਅਜੇ ਲਾਈ, ਭਾਬੀ ਜੀ ਨੇ ਲਾ ਲਈ, ਹੁਣ ਮੇਰੇ ਲਈ ਇਹਨੇ ਚੂ ਚੂ ਕਰਨਾ ਵੀ, ਮੈਂ ਤੁਹਾਨੂੰ ਦੱਸ। ਚਲੋ ਹੋ ਗਿਆ ਨਾ। ਹਾਂਜੀ, ਡਰਾਈਵ ਡਰਾਈਵ ਕਿੱਥੇ? ਅੱਛਾ ਅੱਛਾ ਜੀ, ਤੁਸੀਂ ਡਰਾਈਵ ਨਾਪਤਾ। ਅੱਛਾ ਜੀ, ਹਾਂਜੀ, ਠੀਕ ਹੈ ਠੀਕ। ਫਿਰ ਹੁਣ ਅਸੀਂ ਰੈਡੀ ਹਾਂ ਜਾਣ ਨੂੰ। ਹਾਂਜੀ, ਚਲੋ ਡਰਾਈਵ ਸ਼ੁਰੂ ਹੋ ਗਈ। ਈਜ਼ੀ, ਹੁਣ ਇਹ ਚੂ ਚੂ ਕਰਨ ਲਈ ਕਿ ਤੂੰ ਬੈਲਟ ਨਹੀਂ ਪਾਈ, ਤੂੰ ਵੀ ਬੈਲਟ ਪਾ ਦੇ, ਮੈਂ ਪਹਿਲਾਂ ਬੈਲਟ ਲਾ ਲਾਂ। ਸੀਟ ਬੈਲਟ ਲਾ ਲਈ ਆ, ਹੁਣ ਇਹਨੇ ਆਪਣੀ ਆਵਾਜ਼ ਦੇਣੀ ਬੰਦ ਕਰਤੀ ਹੈ, ਅਤੇ ਨਿਕਲਦੇ ਹਾਂ ਹੁਣ ਸ਼ੋਪਿੰਗ ਮੋਲ ਵੱਲ। ਮੈਨੂੰ ਤਾਂ ਵੈਦਰ ਵੇਖ ਕੇ ਬੜੀ ਖੁਸ਼ੀ ਆ ਕਿ ਵੀ ਇੰਨੇ ਦਿਨਾਂ ਬਾਅਦ ਕਿਤੇ ਮੌਸਮ ਸਾਫ਼ ਹੋਇਆ, ਨਹੀਂ ਤੇ ਮੀਂਹ ਤੇ ਬਾਰਿਸ਼ ਤੇ ਪਤਾ ਨਹੀਂ। ਜੱਗੀ ਜੇ ਦਾ ਮੌਸਮ ਨਾਈਸ ਹੁੰਦਾ ਫਿਰ ਤੁਹਾਡਾ ਮੂਡ ਵੀ ਸੋਹਣਾ ਹੁੰਦਾ। ਅੱਛਾ, ਹੈਪੀ ਹੁੰਦੇ ਆ, ਜੇ ਮੌਸਮ ਖਰਾਬ ਆ ਤੇ ਸਾਰੇ ਫਿਰ। ਹੁਣ ਸਭ ਤੋਂ ਪਹਿਲਾਂ ਆਪਾਂ ਮੈਂ ਨੂੰ ਲੈਣਾ। ਹਾਂਜੀ, ਪਹਿਲਾਂ ਅਸੀਂ ਮੈਂ ਨੂੰ ਲਵਾਂਗੇ ਤੇ ਫਿਰ ਆਪਾਂ ਚੱਲਦੇ ਹਾਂ ਬਾਜ਼ਾਰ। ਪਾਸਾ, ਅੱਜ ਅਸੀਂ, ਸਤਿ ਸ਼੍ਰੀ ਅਕਾਲ ਪੁੱਤ, ਅੱਜ ਅਸੀਂ ਕੜੀ ਚੌਲ ਬਣਾਇਆ, ਤੁਸੀਂ ਖਾਓਗੇ? ਕੜੀ ਚਾਵਲ ਬਣਾਏ ਆ ਅਸੀਂ ਘਰੇ, ਤੁਸੀਂ ਖਾਓਗੇ? ਅੱਛਾ, ਹੁਣ ਇਹ ਕਹਿ ਰਹੇ ਸੀ ਮੈਂ ਨਹੀਂ ਖਾਣਾ, ਤਾਂਹੀਓ ਮੈਂ ਪੁੱਛਿਆ। ਮਟਾਈ ਜੋੜ ਲਾਈ, ਤੇ ਇੰਡੀਆ ਆਓਗੇ ਤੇ ਫਿਰ, ਤੇ ਬੱਚੇ ਜਦੋਂ ਤੁਸੀਂ ਇੰਡੀਆ ਆਓਗੇ ਫਿਰ ਤੁਸੀਂ ਕੀ ਖਾਓਗੇ? ਮੈਗੀ ਨਿਊਡਲਸ। ਹੋਰ ਅੱਛਾ, ਹੋਰ ਡੋਸਾ। ਅੱਛਾ ਜੀ, ਹੋਰ ਅੱਛਾ, ਚਿੱਲੀ ਪਨੀਰ। ਹੋਰ ਪਰੌਂਠਾ, ਪਰੌਂਠਾ ਦਾਲ। ਅੱਛਾ ਜੀ, ਕਿਹੜੀ ਚਿੱਲੀ? ਖਿਚੜੀ। ਖਿਚੜੀ, ਅੱਛਾ, ਖਿਚੜੀ ਤੜਕੇ ਵਾਲੀ ਕਿ ਸਿੰਪਲ? ਅੱਛਾ, ਬਰਗਰ, ਸਬਵੇ, ਸਾਰਾ ਕੁਛ। ਚੌਲ, ਚੌਲ ਖਾ ਲੈਂਦੀ ਆ। ਹਾਂਜੀ, ਚੌਲ, ਟਮਾਟਰ ਵਾਲੇ ਚੌਲ। ਅੱਛਾ ਜੀ, ਔਰ ਪਨੀਰ ਚੌਲ। ਪਨੀਰ ਚੌਲ, ਪਨੀਰ ਚੌਲ, ਅੱਛਾ, ਸਬਜ਼ੀ ਵਾਲੇ ਚੌਲ। ਤੁਸੀਂ ਬਹੁਤ ਕੁਛ, ਹਾਂ ਬਹੁਤ ਕੁਛ ਟਰਾਈ ਕਰ ਲੈਂਦੇ ਫਿਰ ਤੇ ਇੰਡੀਆ ਦਾ। ਆਲੂ ਗੋਭੀ। ਓ ਯੈਸ, ਆਲੂ ਗੋਭੀ। ਆਈ ਡੋਨਟ ਲਾਈਕ ਬੈਂਗਨ। ਨੋ, ਯੂ ਡੋਨਟ। ਯੂ ਲਾਈਕ ਮਟਰ ਪਨੀਰ? ਨੋ, ਓਨਲੀ ਇਫ ਇਟ ਇਜ਼ ਨਾਟ ਟੂ ਮਚ ਮਟਰ। ਜਿਆਦਾ ਮਟਰ ਨਹੀਂ ਪਸੰਦ ਕਰਦੀ ਪਰ ਮਟਰ ਪਨੀਰ ਖਾ
चल पुत फिर असि ओथे जदों तू इंडिया आएगी तो फिर तो असि तेन इंडिया फूड ही खवाऊंगे क्योंकि असि हुण इत्थे आए हां तुहाडे कोल ते असि इंग्लिश फूड खा रहे हैं है ना ते जदों असि ओथे तुसी आओगे इंडिया ते असि तेन इंडियन फूड खवावांगे ठीक है उदों तक उन्हें वड्डे हो जाना फिर खा लूगी हां जी फिर उन्हें होर भी सियाणी हो जाना ना फिर उन्हें कहना हां ठीक है सारा कुछ वधिया आ नहीं खांदी है सारा कुछ पर इतना ज्यादा नहीं ट्राई करती है ना हां क्यों भाभी जी खा लेती है मतलब उन्होंने ना खा लेती है पर उन्होंने ज्यादा मसाला टेस्ट नहीं ओह या आई डोंट लाइक टू मच टू मच मसाला आई कांट हैंडल स्पाइस नहीं अच्छा स्पाइसी को तो भी नहीं खांदी अच्छा नहीं खांदी वो तो स्पाइसी वैसे भी नहीं सी खांदे हां जी मैं क्या अच्छा मैं असी भी स्पाइसी फूड इना पसंद नहीं करते असी भी मतलब के सिंपल फूड ही पसंद करते हैं ते साडे घर खंड ते लून बहुत घट हुंदा पुत मिर्च भी बहुत घट हुंदी है फूड साडा मीठा ही हुंदा है मम्मी अज लून ज्यादा पाते सब्जी च केंद थोड़ा सी मैनूं हां मैनूं थोड़ा जिहा घट लगा थोड़ा जिहा पाया ते मैनूं स्वाद लगा अच्छा आलू अज लून घट लगा ਆਪਾਂ ਪਹੁੰਚਣ ਵਾਲੇ ਹਾਂ ਹੁਣ ਹੈ ਨਾ ਟਨਲ ਪਾਰ ਕਰ ਲਈ ਆ ਇੱਥੇ ਨਹੀਂ ਚੱਲੇ ਆ ਦੂਜੇ ਤੇ ਜਾਵਾਂਗੇ ਇੱਕ ਹੋਰ ਦਿਨ ਆਵਾਂਗੇ ਅੱਛਾ ਜੀ ਉਹ ਬੱਚਿਆਂ ਦਾ ਫੇਰ We'll keep sitting. Yeah, there's always like chairs and benches in the shop. Yeah. What's this place? मैं यानी बड़ा पसंद आया मैं कहती हूँ oh this place अच्छा ਮਤਲਬ ਇਹਦਾ ਮਤਲਬ ਇਹ ਨੂੰ ਬਹੁਤ ਪਸੰਦ ਹੈ ਕਿਉਂ ਉੱਥੇ ਉਹ ਨੈਕਸਟ ਆਨ ਦਾ ਕਾਰਨ ਆ ਦੇ ਕੋਸਟਾ ਯੂ ਕੈਨ ਗੋ ਗੈਟ ਅ ਕੋਸਟਾ ਯਾ ਓ ਆਈ ਵੁੱਡ ਲਵ ਇਟ ਸਾਈ ਲਵਲੀ ਡੇ ਫॉर ਆਰ ਪਹੁੰਚ ਗਏ ਸੀ ਇੱਥੇ ਯਾ ਆਮ ਗੈਟ ਯੂ ਕੋਲ ਲਵਲੀ ਡੇ ਫॉर ਸਟ੍ਰੋਬਰੀ ਅਸਾਈ ਤੂੰ ਅੱਜ ਇੰਜੋਏ ਕਰ ਸਕਦੀ ਆ ਕਬੀ ਗੋ ਟੀਕੇ ਦਾ ਯਾ ਵੀ ਆਰ ਗੋਇੰਗ ਟੂ ਜੋ ਤੂੰ ਖਰੀਦਣਾ ਮੈਂ ਆ ਖਰੀਦੀ नहीं मैं मतलब I got my own money. I got my own money. I'll pay for it. You bought your own money? Yeah. In the end, मैं अपने ही पैसे लगे आई अच्छा ठीक है चलो चलते अंदर जगी फ्रेंड का बर्थडे है ना अच्छा जी बॉडी गार्ड ले रहे
थोड़ी जी असी शॉपिंग कर ली है, परसों की शॉपिंग कर ली है, पर भाभी जी थोड़े जी अपसैट हो गए, कहिंदे मैनू एक पर्स पसंद आया सी, फिर मैं उन्हें रखता, मैं क्या नहीं अजे नहीं मैं लैना, कि मैं थोड़ा जहा हो सकता कि उस तो कुछ मैं अलग कोई चीज़ मिल जाए या कुछ मैं होर पसंद कर लवा। तो कहिंदे एक तुहाडी जिहड़ा गिफ्ट है जरूर पाता है, तो मैं क्या कि चलो वेखते हैं। तो ये दो पर्स जिहड़े असीं लै ले आ, तो बाकी वेखते हैं। शॉपिंग कर ली है, हुण जा रहे ने पेमेंट करन वास्ते जा रहे ने, पेमेंट करके तो फिर आउंदे आ, फिर चलते हैं वापसी। हुण आपां चले आ नैक्सट शॉप ते। मेरी भी फेवरेट शॉप। अच्छा, मैं आदी ते तुहाडी ते जग्गी दी सब दी फेवरेट शॉप है। अच्छा जी, अच्छा जी, असीं सारे जने हुण इस स्टोर ते पहुँच गए हैं। इत्थे हुण कपड़े डिसाइड करदे आ थोड़े बहुत। मैनु पसंद आ गया टॉप, मैंने अपने पसंद कर लिया टॉप एक। ये सारे समर के कपड़े लग गए हैं। No, you want this one? Maya, M for Maya. It's nice. बच्चों बहुत सोहने कपड़े आ। हाँ जी, बच्चों बहुत सोहने कपड़े आ। तो इतने मैं भी सोचती है कि भी मैं भी कपड़े ले लाँ थोड़े जे। मम्मी अपने लिए जुत्ती पसंद कर रही थी, जुत्ती मिली कोई? नहीं नहीं, छोटिया ने। छोटिया ने, जुतियां पर्स कपड़े असि कुछ वे पर एडी हील असि पानी नहीं, ये साढ़े लिए है नहीं। हर कलर के शूज जो इतने है तुसी पसंद कर सकते हो। बस हुण वापसी ते चलिए। बस हुण चले जी वापसी ते, थोड़ी जी शॉपिंग कर ली आ, थोड़ी जी असीं ज्वेलरी भी खरीद ली आ, थोड़ी जी पसंद आ गई सानू, एक दो सैट पसंद आ गए। घड़ियाँ मेरे को लगे ऑलरेडी चार पाँच है, तो मैं कोई लैनी नहीं, तो वैसे बहुत सोहनिया ने, है ना, है तो बहुत प्यारी है ज्वेलरी।
ਹੁਣ ਅਸੀਂ ਬਿਲਿੰਗ ਕਰਾਉਣ ਲੱਗ ਪਏ ਹਾਂ। ਬਿਲਿੰਗ ਕਰਾ ਕੇ ਤੇ ਫਿਰ ਆਪਾਂ ਚੱਲਦੇ ਹਾਂ ਵਾਪਸੀ ਨੂੰ। ਕਿਉਂ ਮੰਮ ਜੀ, ਹਾਂਜੀ ਪਸੰਦ ਆਇਆ ਸਾਰਾ ਕੁਛ? ਚਲੋ ਦੇ ਲਓ, ਹਰ ਕਲਰ ਦੀ ਜੁੱਤੀ ਹੈਗੀ, ਤੁਸੀਂ ਜਿਹੜੀ ਮਰਜ਼ੀ ਪਸੰਦ ਕਰੋ ਕਰਨੀ ਜੇ। ਆਹ ਲੈ ਲਓ ਹੀਲ ਕੋਈ ਇੱਕ ਅੱਧੀ, ਕਿਤੇ ਸ਼ਾਇਦ ਤੁਹਾਨੂੰ ਪਸੰਦ ਆ ਜੇ, ਵਧੀਆ ਤੁਰ ਲਓਗੇ ਨਾਲੇ। ਚਲੋ ਠੀਕ ਆ ਜੀ, ਮਰਜ਼ੀ ਤੁਹਾਡੀ। ਕਿਉਂ ਮੈਂ ਡਨ ਡਰਿੰਕ ਪੀਣ ਵਾਸਤੇ ਮੈਂ ਰੈਪੀ ਨੂੰ, ਫਿਰ ਆਪਾਂ ਮਿਲਦੇ ਹਾਂ ਜਾ ਕੇ ਡਰਿੰਕਿੰਗ ਏਰੀਆ ਤੇ। ਕਿੱਥੇ ਜਾਣਾ ਮੈਂ? ਕੋਸਟਾ ਪਾਣੀ ਪੀਣਾ ਆ, ਪਾਣੀ ਪੀਣਾ ਆ। ਨਹੀਂ ਨਹੀਂ ਪਾਣੀ ਪਰ ਜੂਸ। ਅੱਛਾ ਸੇਮ ਥਿੰਗ। ਅੱਛਾ ਚਲ ਠੀਕ ਆ, ਸੇਮ ਹੁੰਦਾ ਆ ਉਹ ਪਾਣੀ ਵੀ ਤੇ, ਕੋਸਟਾ ਸੇਮ ਹੀ ਹੈ ਦੇ ਲਈ। ਚਲੋ ਚਲੋ ਨਿਕਲ ਆਏ ਆਪਾਂ ਸਟੋਰ ਚੋਂ ਤੇ ਹੁਣ ਆਪਾਂ ਚੱਲਣਾ ਹੈ ਕੋਸਟਾ। ਮੈਂ ਕਿੱਥੇ ਜਾਣਾ ਹੁਣ ਪੁੱਤ? ਸੇਮ ਵੇ ਯੂ ਗੋਇੰਗ ਫॉर द ਮਿਨੀ ਕੋਸਟਾ ਕਾਫੀ। ਕਹਿੰਦੀ ਮੈਂ ਪਾਣੀ ਪੀਣਾ ਆ, ਮੈਂ ਡਰਿੰਕ ਨਹੀਂ ਪੀਣੀ, ਮੈਂ ਪਾਣੀ ਪੀਣਾ ਆ। ਕਿਉਂ ਭਾਬੀ ਜੀ? ਇਹਦੀ ਡਰਿੰਕ ਵੀ ਪਾਣੀ ਆ, ਇਹਦੀ ਡਰਿੰਕ ਵੀ ਪਾਣੀ ਆ। ਬੱਚਾ ਮੇਰਾ ਛੋਟਾ ਜਿਹਾ, ਬੱਚਿਆਂ ਦਾ ਡਰਿੰਕ ਪਾਣੀ। ਇਹ ਸਾਵਲ ਦੀ ਹਾਂ ਦੀ ਹੈ, ਸਾਵਲ ਤੇ ਦੋਵਾਂ ਦਾ ਇੱਕ ਹੀ, ਦੋ ਦਿਨ ਦਾ ਸਿਰਫ ਫਰਕ ਆ। ਪਹੁੰਚ ਗਏ ਆਪਾਂ ਕੋਸਟਾ, ਅਸੀਂ ਪਹੁੰਚ ਗਏ ਕੋਸਟਾ ਕਾਫੀ ਤੇ। ਹਾਂ ਥੈਂਕ ਯੂ ਪੁੱਤ। What do you want? ਅਸੀਂ ਕੋਲਡ ਡਰਿੰਕ ਕਰ ਲਈ ਆ, ਕੋਲਡ ਡਰਿੰਕ ਠੀਕ ਵੀ। ਮੈਨੂੰ ਮੇਰਾ ਕਹਿੰਦੀ ਪੂਜੀ ਸਟੇ ਇਨ ਦਾ ਲਾਈਨ, ਕਿ ਤੂੰ ਲਾਈਨ 'ਚ ਹੀ ਰਹਿ ਕਿਉਂਕਿ ਇਸ ਤੋਂ ਬਾਅਦ ਫਿਰ ਤੇਰੀ ਟਰਨ ਆਏਗੀ। ਮੈਂ ਠੀਕ ਆ ਪੁੱਤ, ਅਤੇ ਹੁਣ ਇਸ ਤੋਂ ਬਾਅਦ ਫਿਰ ਆਪਾਂ ਮੈਡਮ ਚੁੱਕ ਲਈਏ, ਪਤਾ ਨਹੀਂ ਕੀ ਕੱਪਸ, ਕੀ ਕੱਪਸ ਜੋ ਵੀ ਚੁੱਕ ਲੈਂਦੇ, ਕੀ ਲੈਂਦੇ ਪੁੱਤ? ਓਕੇ ਮੈਂ ਇਹਦੇ ਕਿੱਡੇ ਲੰਬੇ ਵਾਲ ਆ। ਆਹ ਸਾਡੀ ਡਰਿੰਕ ਤਿਆਰ ਹੋ ਰਹੀ ਆ। ਅੱਛਾ ਇੱਧਰ ਮੈਂਗੋ ਤਿਆਰ ਹੋ ਰਹੀ ਹੈ, ਉੱਧਰ ਸਟ੍ਰੋਬੇਰੀ ਤਿਆਰ ਹੋ ਰਹੀ ਹੈ, ਮੈਂਗੋ ਐਂਡ ਸਟ੍ਰੋਬੇਰੀ। ਅਸੀਂ ਦੋਵੇਂ ਕਰ ਲਈਆਂ, ਚਲੋ ਹੁਣ ਅਸੀਂ ਡਰਿੰਕਸ ਲੈ ਕੇ ਅਤੇ ਜਾ ਰਹੇ ਹਾਂ ਗੱਡੀ ਵੱਲ ਨੂੰ। ਮਿਲਦੇ ਹਾਂ ਜੀ ਨੈਕਸਟ ਡੇ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।